ਫਗਵਾੜਾ ਸ਼ਹਿਰ ਵਿੱਚ ਬੇਖੌਫ ਲੁਟੇਰੇ ਆਏ ਦਿਨ ਹੀ ਲੁੱਟ ਦੀਆਂ ਸਫਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ, ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ। ਫਗਵਾੜਾ ਮੁੱਖ GT ਰੋਡ 'ਤੇ ਸਥਿਤ ਰਾਮਗੜੀਆ ਭਾਈ ਲਾਲੋ ਕਾਲੇ ਨਜ਼ਦੀਕ ਸਥਿਤ ਇੱਕ ਟਾਇਰਾਂ ਵਾਲੀ ਦੁਕਾਨ 'ਤੇ, ਜਿੱਥੇ ਕਿ ਮੋਟਰਸਾਈਕਲ ਸਵਾਰ ਤੋਂ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਦੁਕਾਨ ਦੇ ਮਾਲਕ ਪਾਸੋਂ ਹਜ਼ਾਰਾਂ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਜਾਂਦੇ ਸਮੇਂ ਲੁਟੇਰੇ ਦੁਕਾਨ 'ਤੇ ਕੰਮ ਕਰਨ ਵਾਲੇ ਸੋਨੂ ਨਾਮਕ ਲੜਕੇ ਨੂੰ ਦਾਤ ਮਾਰ ਕੇ ਜ਼ਖਮੀ ਵੀ ਕਰ ਗਏ। ਇਸ ਮੌਕੇ ਪੀੜਤ ਦੁਕਾਨਦਾਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦਾ ਵਰਕਰ ਜਦੋਂ ਸ਼ਾਮ ਸਮੇਂ 7:15 ਵਜੇ ਦੇ ਕਰੀਬ ਦੁਕਾਨ 'ਤੇ ਮੌਜੂਦ ਸਨ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਸਦੀ ਦੁਕਾਨ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਉਹਨਾਂ ਦੇ ਹੱਥਾਂ ਵੀ ਤੇਜ਼ਧਾਰ ਹਥਿਆਰ ਵੀ ਸਨ। ਉਹਨਾਂ ਕਿਹਾ ਕਿ ਦੁਕਾਨ ਅੰਦਰ ਦਾਖਲ ਹੋਣ ਤੋਂ ਬਾਅਦ ਉਹਨਾਂ ਲੁਟੇਰਿਆਂ ਨੇ ਗੱਲੇ ਵਿੱਚ ਪਈ ਲਗਭਗ 23,000 ਰੁਪਏ ਦੀ ਨਕਦੀ ਖੋਹ ਲਈ ਅਤੇ ਜਾਂਦੇ ਸਮੇਂ ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਦੇ ਦਾਤ ਮਾਰ ਗਏ, ਜਿਸ ਤੋਂ ਬਾਅਦ ਉਹਨਾਂ ਜ਼ਖਮੀ ਸੋਨੂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਉਹਨਾਂ ਦੱਸਿਆ ਕਿ ਇਸ ਬਾਬਤ ਉਸਨੇ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਕੀ ਨਾਂ ਜੀ ਆਪਣਾ? ਮੇਰਾ ਅਸ਼ਵਨੀ ਕੁਮਾਰ ਭਾਈ। ਹਾਂਜੀ ਸਰ, ਕੀ ਮਾਮਲਾ ਕੀ ਜਿਹੜਾ ਸਿਵਲ ਹੋਸਪਿਟਲ 'ਚ ਆਏ ਤੁਸੀਂ? ਮੇਰੀ GT ਰੋਡ 'ਤੇ ਟਾਇਰਾਂ ਦੀ ਦੁਕਾਨ ਆ ਭਾਈ ਲਾਲੋ ਕਾਲਜ ਦੇ ਨਾਲ, ਔਰ ਅਸੀਂ ਸ਼ਾਮ ਦੇ ਟਾਈਮ ਨਾ 7:15 ਵਜੇ ਦੇ ਕਰੀਬ ਮੈਂ ਔਰ ਮੇਰਾ ਵਰਕਰ ਦੁਕਾਨ 'ਤੇ ਬੈਠੇ ਸੀ। ਇਕਦਮ ਹੀ ਦੋ ਮੁੰਡੇ ਜਿਹੜੇ ਮੂੰਹ ਉਹਨਾਂ ਨੇ ਪਰਨਿਆਂ ਨਾਲ ਬੰਨੇ ਹੋਏ ਸੀਗੇ, ਲੰਬੇ ਦਾਤ ਲੈ ਕੇ ਨਾ ਆ ਕੇ ਉਹਨਾਂ ਨੇ ਪਹਿਲਾਂ ਧਮਕਾਇਆ ਸਾਨੂੰ ਕਾਊਂਟਰ 'ਤੇ ਦਾਤ ਮਾਰ ਕੇ। ਉਸ ਤੋਂ ਬਾਅਦ ਮੁੰਡਾ ਅੱਗੇ ਹੋਇਆ, ਮੁੰਡੇ ਦੇ ਉਹਨਾਂ ਨੇ ਦਾਤ ਮਾਰਿਆ, ਮੁੰਡਾ ਬਾਹਰ ਨੂੰ ਭੱਜਿਆ ਹੋਰ ਬੁਲਾਉਣ ਨੂੰ ਕਿਸੇ ਨੂੰ ਵੀ ਬੁਲਾ ਕੇ ਲੈ ਜਾਵਾਂ। ਮੈਨੂੰ ਉਹਨੇ ਧਮਕਾ ਕੇ ਕਹਿੰਦੇ ਜੋ ਤੁਹਾਡੇ ਕੋਲ ਹੈਗਾ ਦੇ ਦਿਓ ਕੱਢ ਕੇ ਸਾਨੂੰ। ਮੈਂ ਚੁੱਪ ਕਰਕੇ ਉਹਨੂੰ ਗੱਲੇ 'ਚੋਂ ਪੈਸੇ ਕੱਢ ਕੇ ਫੜਾ ਕੇ ਮੰਗਾ ਲਾ। ਕਿੰਨੀ ਪੇਮੈਂਟ ਸੀ? ਮੇਰੀ 23,000 ਰੁਪਈਆ ਕਿਸੇ ਦਾ। ਹਾਂਜੀ, ਕੈਸ਼ ਲੈ ਕੇ ਗਏ? ਕੈਸ਼ ਹੀ ਕੈਸ਼, ਹੋਰ ਕੁਛ ਨਹੀਂ। ਅਤੇ ਕੋਈ CCTV ਕੈਮਰੇ 'ਚ ਆਏ ਹੋਣ ਬੰਦੇ? ਹਾਂਜੀ ਆਏ ਹੋਣਗੇ, ਪਰ ਮੂੰਹ ਬੰਨੇ ਹੋਏ ਸੀਗੇ ਉਹਨਾਂ ਦੇ, ਕਾਰਵਾਈ ਦੇਖੋ ਕੀ ਹੁੰਦੀ। ਹਾਂਜੀ ਹਾਂਜੀ। ਕਿੰਨੇ ਵਿਅਕਤੀ ਸੀਗੇ ਜੀ? ਦੋ ਜਣੇ ਸੀਗੇ। ਦੋ ਵਿਅਕਤੀ ਮੋਟਰਸਾਈਕਲ ਦੇ? ਮੋਟਰਸਾਈਕਲ ਦੇ ਸੀਗੇ, ਮੋਟਰਸਾਈਕਲ ਨੂੰ ਨਾਲ ਦੀ ਬਿਲਡਿੰਗ ਦੇ ਅੱਗੇ ਖੜਾ ਕੀਤਾ ਹੋਇਆ ਸੀ। ਅੱਛਾ ਜੀ। ਹਾਂਜੀ, ਅਤੇ ਤੁਹਾਡੇ ਜਿਹੜਾ ਬੰਦਾ ਨਾਲ ਸੀ ਉਹਦਾ ਨਾਂ ਕੀ ਆ? ਸੋਨੂ। ਸੋਨੂ, ਉਹਦੇ ਉੱਪਰ ਕਾਹਦੇ ਨਾਲ ਵਾਰ ਕੀਤਾ ਇਹਨਾਂ ਨੇ? ਦਾਸ ਨਾਲ, ਜਿਹੜੇ ਉਹਨਾਂ ਕੋਲ ਦਾਸ ਸੀਗੇ ਦੋਨਾਂ ਕੋਲ, ਦੋਨਾਂ ਜਣਿਆਂ ਕੋਲ ਦਾਸ ਸੀਗੇ। ਅਤੇ ਮੋਨੇ ਸੀਗੇ ਸਰਦਾਰ ਜੀ ਸੀਗੇ? ਮੋਨੇ ਸੀਗੇ ਮੁੰਡੇ ਦੋਨੇ। ਹਾਂ, ਬੰਨੇ ਹੋਏ ਸੀਗੇ। ਹਾਂਜੀ, ਪਰਨੇ ਬੰਨੇ ਹੋਏ ਸੀ। ਕਿੰਨੇ ਕੁ ਵਜੇ ਹੋਇਆ ਇਹ ਹਾਦਸਾ? 7:15 ਵਜੇ ਕਰੀਬ। ਪੁਲਿਸ ਕੰਪਲੀਟ ਕੀਤੀ ਸਰ ਇਸ ਮਾਮਲੇ? ਹਾਂਜੀ ਹਾਂਜੀ, ਪੁਲਿਸ ਵਾਲੇ ਆਏ ਸੀਗੇ, ਉਹ ਕਹਿੰਦੇ ਸਵੇਰੇ ਅਸੀਂ ਜੋ ਕਾਰਵਾਈ ਹੈ ਬੰਦੀ ਕਾਰਵਾਈ। ਕੋਈ ਦੁਕਾਨ ਦੀ ਤੋੜ ਭੰਨ ਤਾਂ ਨਹੀਂ ਕੀਤੀ ਸਰ? ਨਹੀਂ ਜੀ, ਨਹੀਂ, ਕੋਈ ਤੋੜ ਭੰਨ ਨਹੀਂ ਕੀਤੀ। ਉਹਨਾਂ ਨੇ ਮੇਰੇ ਕੇ ਕੈਸ਼ ਨੂੰ ਹੱਥ ਪਾਇਆ ਮੇਰੇ ਕੋਲ। ਸਰ, ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀਗੀ, ਵੀਲ ਡੈਕਰ ਆਪਣੇ ਸ਼ੂਗਰ ਮਿਲ ਥੱਲੇ ਉੱਤਰਦੇ ਸੱਜੇ ਹੱਥ ਜੋ ਜਲੰਧਰ ਸਾਹਿਬ ਨੂੰ ਜਾਂਦੇ ਆ, ਅਤੇ ਉੱਥੇ ਦੋ ਮੁੰਡੇ ਆਏ ਆ ਮੋਟਰਸਾਈਕਲ 'ਤੇ। ਪਹਿਲਾਂ ਉਹ ਲੰਘ ਗਿਆ, ਫਿਰ ਵਾਪਸ ਆਇਆ ਅਤੇ ਮਾਲਕ ਬੈਠਾ ਸੀਗਾ, ਅਤੇ ਇੱਕ ਮੁੰਡਾ ਇਹਨਾਂ ਦਾ ਤੇਲ ਲੈਣ ਗਿਆ ਸੀਗਾ, ਅਤੇ ਉਹਨਾਂ ਨੇ ਮਤਲਬ ਦਰਦ ਨਾਲ ਉਹਨਾਂ 'ਤੇ ਹਮਲਾ ਕੀਤਾ ਵਾ, ਅਤੇ ਉਹ ਡਰਾ ਧਮਕਾਇਆ ਉਹਨੂੰ ਮਾਲਕ ਨੂੰ, ਅਤੇ ਉਹ ਪੈਸੇ ਲੁੱਟ ਕੇ ਉਹਦੇ ਲੈ ਗਏ ਆ ਜੀ। ਅਤੇ ਬਾਕੀ ਅਸੀਂ ਉਹ ਜਿਹੜਾ ਮੁੰਡਾ ਵਾ ਇੱਥੇ ਹੋਸਪਿਟਲ ਲਿਆਂਦਾ, ਉਹਦੇ ਮਨ 'ਚ ਸੱਟ ਲੱਗੀ ਆ, ਮਾਮੂਲੀ ਸੱਟ ਵੱਜੀ ਆ, ਅਤੇ ਬਾਕੀ ਅਸੀਂ ਥਾਣੇ ਇਤਲਾਹ ਦਿੱਤੀ ਆ, ਅਤੇ ਬਾਕੀ ਡਿਊਟੀ ਅਫਸਰ ਇੱਥੇ ਮੌਕੇ 'ਤੇ ਪਹੁੰਚ ਗਏ ਆ ਇਹ ਥਾਣਾ ਸਿਟੀ ਤੋਂ ਜੀ, ਅਤੇ ਬਾਕੀ ਅਗਲੀ ਜਿਹੜੀ ਆ ਤਹਿਕੀਕਾਤ ਕਰਨਗੇ ਵੀ ਉਹ ਜਿਹੜੇ ਬੰਦੇ ਆ ਅਸੀਂ ਵੈਰੀਫਾਈ ਕਰਾਂਗੇ ਵੀ ਉਹ ਬੰਦੇ ਕਿਹੜੇ ਸੀ ਕਿਹੜੇ ਨਹੀਂ। ਅਤੇ ਨਾਮ ਵਗੈਰਾ ਉਹਨਾਂ ਦਾ ਕਲੀਅਰ ਹੋ ਗਿਆ ਜਿਹੜੇ ਮਾਲਕ ਦੁਕਾਨ ਦੀ ਸੱਟ ਲੱਗੀ ਆ? ਇਹ ਹਾਂਜੀ, ਸੋਨੂ ਆ ਜੀ ਮੁੰਡਾ, ਸੋਨੂ। ਅਤੇ ਮਾਲਕ ਦਾ ਨਾਮ ਜੀ? ਇਹ ਮਾਲਕ ਦਾ ਨਾਂ ਜੀ ਆਪਣੇ ਹੈਗਾ ਇਹ ਅਸ਼ਵਨੀ ਕੁਮਾਰ ਜੀ। ਅਸ਼ਵਨੀ ਕੁਮਾਰ ਕਲੀਅਰ ਹੋ ਗਿਆ, ਕਿਹੜੀ ਜਗ੍ਹਾ ਰਹਿਣ ਵਾਲੇ ਆ? ਹਾਂਜੀ, ਕਿਹੜੀ ਜਗ੍ਹਾ ਰਹਿਣ ਵਾਲੇ ਆ? ਇਹ ਆਪਣੇ ਜੀ ਗ੍ਰੀਨ ਪਾਰਕ ਦੇ।